मोटापा अपने आप दे विच एक वड्डा रोग हुंदा है। लोग इस नूं घटाउण दे लई कई तरहां दीआं दवाइयां खांदे ने, जिम दा सहारा लैंदे ने, पर तुहानूं दस दईए कि हद तों वध तेज़ी नाल ते ज़्यादा वज़न घटाउण नाल डिप्रैशन ते हड्डियां दे रोग दा खतरा वी वध जांदा है। घट समें दे विच तेज़ी नाल वज़न घटाउण नाल सिहत उत्ते बहुत माड़ा प्रभाव पैंदा है। तेज़ी नाल वज़न घटाउण दे चक्कर दे विच कई वार शरीर अंदर पानी दी कमी पैदा हो जांदी है, जिस नाल कब्ज़, सिर दर्द, मांसपेशियां विच खिचा ते ऊर्जा दी कमी होण लगदी है। दस दईए चमड़ी वी खुश्क हो जांदी है ਅਤੇ ਅਚਾਨਕ ਵਜ਼ਨ ਘਟਾਉਣ ਨਾਲ ਪੱਠਿਆਂ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ। ਸਰੀਰ ਵਿੱਚ ਥਕਾਵਟ ਤੇ ਆਲਸ ਵੱਧ ਜਾਂਦੇ ਨੇ, ਕਪੋਸ਼ਣ ਵੀ ਹੋ ਸਕਦਾ ਹੈ। ਹੱਦ ਤੋਂ ਵੱਧ ਵਜ਼ਨ ਘਟਾਉਣ ਦੇ ਚੱਕਰ ਵਿੱਚ ਵਿਵਹਾਰ ਦੇ ਵਿੱਚ ਛਿੜਛਿੜਾਪਨ ਵੀ ਆਉਣ ਲੱਗਦਾ ਹੈ, ਸਿਰ ਦਰਦ ਹੁੰਦਾ ਰਹਿੰਦਾ ਹੈ। ਇਸੇ ਦੇ ਨਾਲ ਅੰਤੜੀਆਂ ਵਿੱਚ ਖੂਨ ਨਾਲ ਜੁੜੇ ਕਈ ਤਰ੍ਹਾਂ ਦੇ ਬੈਕਟੀਰੀਆ ਵੀ ਹੁੰਦੇ ਨੇ, ਜੋ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਤੇ ਕੋਲੇਸਟ੍ਰੋਲ ਉੱਤੇ ਅਸਰ ਪਾਉਂਦੇ ਨੇ। ਇੱਕ ਅਧਿਐਨ ਮੁਤਾਬਕ ਡਾਇਟਿੰਗ ਦਾ ਸਭ ਤੋਂ ਭੈੜਾ ਅਸਰ ਮੈਟਾਬੋਲਿਜ਼ਮ ਉੱਤੇ ਪੈਂਦਾ ਹੈ। ਮੈਟਾਬੋਲਿਜ਼ਮ ਖਰਾਬ ਹੋਣ ਨਾਲ ਸਿੱਧਾ ਅਸਰ ਸਿਹਤ ਉੱਤੇ ਹੁੰਦਾ ਹੈ। ਇੱਥੇ ਦੱਸ ਦਈਏ ਕਿ ਉਹਨਾਂ ਨੂੰ ਲੋੜੀਂਦਾ ਊਰਜਾ ਨਹੀਂ ਮਿਲਦੀ ਤੇ ਚਿਕਨਾਈ, ਪ੍ਰੋਟੀਨ ਤੇ ਹੋਰ ਪੌਸ਼ਟਿਕ ਪਦਾਰਥਾਂ ਦੀ ਕਮੀ ਪੈਦਾ ਹੋਣ ਲੱਗਦੀ ਹੈ।